ਭਾਈ ਅਸੀਂ ਹੋਰ ਲੱਗ ਕੇ ਆ ਰਹੇ ਸੀ ਕੋਟਿਓਂ ਪਿਆਜ਼। ਅਸੀਂ ਉੱਥੇ ਰਸਤੇ ਬ੍ਰੇਕ ਮਾਰੀਏ ਭਾਈਆਂ ਦੇ ਕੋਲ, ਉੱਥੇ ਖੋਤੇ ਰਹੇ 10-15 ਮਿੰਟ। ਸਾਨੂੰ ਲੱਗਾ ਪਤਾ ਕਿ ਸਾਡੇ ਨਾ ਚੋਰ ਆ ਗਏ ਨੇ, ਪਹਾੜੀ ਦੇ ਭੱਜ ਰਹੇ ਨੇ। ਜਦੋਂ ਭੱਜ ਰਿਹਾ ਸੀ ਨਾ, ਅਸੀਂ ਉੱਥੋਂ ਵਧੀ ਨਾਲ ਭੱਜ ਕੇ ਆਏ ਹਾਂ। ਜੇ ਤੂੰ ਸਾਡੇ ਭਾਈ ਨੂੰ ਉਹਨਾਂ ਨੇ ਕਤਲ ਕਰਤਾ, ਉਹ ਕਹਿੰਦੇ ਸੀ ਕਿ ਇੱਧਰ ਤੁਸੀਂ ਨਹੀਂ ਆਉਣਾ ਹੈਗਾ। ਅਸੀਂ ਉੱਥੋਂ ਬੜੀ ਮੁਸ਼ਕਿਲ ਆਏ ਹਾਂ ਦੇ, ਅਸੀਂ ਤਕਰੀਬਨ 2-3 ਸਾਲ ਤੋਂ ਜਾ ਰਹੇ ਹਾਂ। ਉਹ ਤੋਂ ਇੱਧਰ ਜਾਈਦਾ ਆਟਾ ਲੋਡ ਕਰਕੇ, ਉੱਧਰ ਲੋਡ ਕਰਕੇ ਪਿਆਜ਼ ਲੋਡ ਕਰਕੇ, ਉੱਧਰ ਵਾਪਸੀ ਆਈਦਾ, ਸੇਲ ਲੋਡ ਕਰਕੇ ਵਾਪਸੀ ਆਈਦਾ। ਉੱਥੇ ਟਰੱਕ ਜਦੋਂ ਅਸੀਂ ਗਏ ਹਾਂ ਨਾ, ਉੱਧਰ ਟਰੱਕ ਖੜੇ ਸੀ। ਜਦੋਂ ਅਸੀਂ ਉੱਥੋਂ ਨੱਸ ਕੇ ਨਿਕਲਿਆ ਨਾ, ਮੇਰਾ ਛੋਟਾ ਭਾਈਆ ਥੋੜ੍ਹਾ ਗਾਂ ਗਿਆ, ਅੱਗੋਂ ਨਾ ਨਾਕਾ ਲਾਇਆ ਸੀ, ਉੱਥੇ ਰੋਕਿਆ ਉਹਨਾਂ ਭਾਈਏ ਨੂੰ। ਭਾਈਏ ਨੂੰ ਰੋਕ ਕੇ ਭਾਈਏ ਨੇ ਮੁੰਡੇ ਨੂੰ ਕਿਹਾ ਵੀ ਗੱਡੀ ਪਿੱਛਾ ਬੈਂਕ ਕਰਾ। ਉਹ ਗੱਡੀ ਬੈਂਕ ਕਰਾਉਣ ਲੱਗਾ, ਉਹਨਾਂ ਨੇ ਪਿੱਛੋਂ ਆ ਗਏ ਨੇ, ਉੱਥੋਂ ਉਹਨਾਂ ਭਾਈਏ ਨੂੰ ਫੜ ਕਤਲ ਕਰ ਦਿਆ। ਜਦੋਂ ਮੈਂ ਉਹਨਾਂ ਨੇ ਵੇਖਿਆ ਨਾ ਕਿ ਬੰਦੇ ਆ ਗਏ ਨੇ, ਉੱਥੋਂ ਗੱਡੀ ਨਸਾ ਕੇ ਨਿਕਲਿਆ ਸੀ। ਮੈਂ ਪਹੁੰਚਿਆ ਸਿੱਬੀ, ਜਦੋਂ ਸਿੱਬੀ ਆਏ ਉਦੋਂ ਮੈਨੂੰ ਪਿੱਛੋਂ ਫੋਨ ਆਇਆ, ਕਹਿੰਦੇ ਕਿ ਛੋਟਾ ਭਾਈਆ ਨੂੰ ਅਗਵਾ ਹੋ ਗਿਆ। ਫਿਰ ਅਸੀਂ ਉੱਥੇ ਖਲੋਤੇ ਰਹੇ ਹਾਂ ਰਾਤ, ਉੱਥੋਂ ਨਿਕਲਿਆ ਸੁਬਹ 7 ਵਜੇ। 1:30 ਵਜੇ ਫੋਨ ਆਇਆ ਕਿ ਉਹਨਾਂ ਨੂੰ ਕਤਲ ਕਰ ਦਿੱਤਾ। ਪਰ ਅਸੀਂ ਇੱਥੇ ਲੋਕ ਸੀ 10, 10-ਦਸਾਂ ਦੇ ਵਿੱਚ 2 ਅਸੀਂ ਨੱਸ ਕੇ ਆ ਗਏ ਹਾਂ। 4 ਨੂੰ ਉਹਨਾਂ ਕਤਲ ਕੀਤਾ, 1 ਬਚ ਗਿਆ, ਤੇ 3 ਜਿਹੜੇ ਸੀ ਨਾ ਉਹਨਾਂ ਨੂੰ ਕਤਲ ਕਰਤਾ। ਉਹਦੇ 2 ਬੱਚੇ, 3 ਬੱਚੇ ਸਾਥ, ਜੋ ਇੱਕ ਜਿਹੜਾ ਸਾਡਾ ਭਾਈ ਹੈ ਨਾ ਡਰਾਈਵਰ, ਉਹਨਾਂ ਨੂੰ ਨੱਸ ਕੇ ਆ ਗਿਆ। ਉਹ ਆ ਰਿਹਾ ਹਲੇ ਆਪਣੇ ਥੱਲੇ ਕੋਲ ਆਇਆ ਨੀ, ਕਿ ਆ ਰਿਹਾ ਪਿੱਛੇ। ਰਾਤਾਂ ਉਹਨਾਂ ਨਾਲ ਫੋਨ ਤੇ ਆਇਆ, ਉਹ ਆਉਂਦਾ ਮੈਂ ਬੜੀ ਮੁਸ਼ਕਿਲ ਆ ਰਿਹਾ ਵਾਂ, ਕਿਸੇ ਬੰਦੇ ਦਾ ਫੋਨ ਨਹੀਂ ਆਇਆ, ਕੋਈ ਬੰਦਾ ਸਾਡੇ ਕੋਲ ਨਹੀਂ ਆਇਆ ਹੈਗਾ, ਕਿਸੇ ਬੰਦੇ ਰਾਬਤਾ ਨਹੀਂ ਕੀਤਾ। ਅਸੀਂ ਗਵਰਨਮੈਂਟ ਕੋਲ ਇਹ ਚਾਹੁੰਦੇ ਹਾਂ ਵੀ ਸਾਨੂੰ ਇਨਸਾਫ਼ ਦਿੱਤਾ ਜਾਵੇ, ਸਾਡੇ ਭਾਈ ਨੂੰ ਉਹਨਾਂ ਨੇ ਨਜਾਇਜ਼ ਕਤਲ ਕੀਤਾ। ਬਸ ਅਸੀਂ ਇਹ ਚਾਹੁੰਦੇ ਹਾਂ।